देखिए लेटेस्ट एपिसोड्स बिल्कुल एड फ्री। ਸੁਣਦਾ ਨਹੀਂ ਤੈਨੂੰ, ਦਰਵਾਜ਼ਾ ਕਿਉਂ ਨਹੀਂ ਖੋਲ ਰਿਹਾ ਸੀ? ਤੇ ਤੈਨੂੰ ਇੱਥੇ ਸੀ ਇਸ ਵਾਸਤੇ ਰੱਖਿਆ ਸੀ ਕਿ ਜੇ ਲੋੜ ਪਈ ਤਾਂ ਤੂੰ ਪਿੱਠ ਦਿਖਾ ਕੇ ਭੱਜ ਜਾਵੇਂ। ਹੁਣ ਉਧਰ ਕੀ ਲੱਭਦਾ? ਸ਼ਰਮ ਆਉਂਦੀ ਹੈ ਬੁੱਥੀ ਦਿਖਾਉਣ ਵਿੱਚ? ਚੱਲ ਬੁੱਥੀ ਇੱਧਰ ਘੁਮਾ। ਮੈਨੂੰ ਪਤਾ ਨਹੀਂ ਸੀ ਮੈਡਮ ਜੀ ਕਿ ਤੁਸੀਂ ਮੈਨੂੰ ਬਾਜਵਿਆਂ ਦੇ ਜ਼ੋਰੇ ਅੱਗੇ ਖੜਾ ਕਰ ਦੋ। ਤੂੰ ਜ਼ਿਆਦਾ ਗੱਲਾਂ ਨਾ ਕਰ, ਨਿਕਲ ਇੱਥੋਂ ਬਸ। ਤੈਨੂੰ ਜ਼ੋਰੇ ਤੋਂ ਡਰ ਲੱਗਦਾ ਹੈ ਨਾ, ਤੇ ਫਿਰ ਤੂੰ ਸਾਡੇ ਕਿਸੇ ਕੰਮ ਦਾ ਨਹੀਂ ਹੈ। ਤੈਨੂੰ ਇੱਥੇ ਅਸੀਂ ਮੁਫ਼ਤ ਚ ਰੋਟੀਆਂ ਖਾਣ ਨੂੰ ਨਹੀਂ ਰੱਖਿਆ। ਚੱਲ ਨਿਕਲ ਇੱਥੋਂ। ਮੈਨੂੰ ਮਾਫ਼ ਕਰ ਦੇ ਮੈਡਮ ਜੀ, ਹੋਰ ਜਿਹਦੇ ਅੱਗੇ ਮਰਜ਼ੀ ਖੜਾ ਹੋਣ ਨੂੰ ਕਹਿ ਦੋ, ਪਰ ਜ਼ੋਰੇ ਅੱਗੇ ਨਹੀਂ। ਤੁਸੀਂ ਕਹੋ ਤਾਂ ਮੈਂ ਪਹਾੜ ਨਾਲ ਵੀ ਮੱਥਾ ਲਾ ਲੂੰਗਾ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਮੈਨੂੰ ਜ਼ੋਰੇ ਦਾ ਸਾਹਮਣਾ ਕਰਨਾ ਪਊ ਤਾਂ ਮੈਂ ਨੌਕਰੀ ਤੋਂ ਮਨਾ ਹੀ ਕਰ ਦਿੰਦਾ। ਜਦੋਂ ਦਾ ਜ਼ੋਰਾ ਇਸ ਘਰ ਦੇ ਵਿੱਚ ਆਇਆ, ਮੇਰੇ ਦਿਮਾਗ 'ਚ ਤਾਂ ਬਸ ਇੱਕੋ ਹੀ ਗੱਲ ਘੁੰਮੀ ਜਾਂਦੀ ਹੈ ਕਿ ਬਲਕਾਰ ਸਿਆ ਦੌੜ ਜਾ ਇੱਥੋਂ ਜੇ ਚੰਗੀ ਚਾਹੁੰਦਾ ਤਾਂ। ਅੱਛਾ ਦੌੜ ਜਾ, ਤੇਰੀ ਇਹ ਖਵਾਹਿਸ਼ ਵੀ ਪੂਰੀ ਕਰ ਦਿੰਦੇ। ਚੱਕ ਆਪਣਾ ਜੁੱਲੀ ਬਿਸਤਰਾ ਜਾ, 2 ਮਿੰਟਾਂ 'ਚ ਮੈਨੂੰ ਗੇਟ ਤੋਂ ਬਾਹਰ ਦਿਸਣਾ ਚਾਹੀਦਾ। ਨਿਕਲੇ ਥੋ। ਜਿਹੜਾ ਕੰਮ ਮੈਂ ਸੋਚ ਕੇ ਆਇਆ ਸੀ ਉਹ ਤਾਂ ਹੋ ਗਿਆ, ਘਰੇ ਰਹਿ ਕੇ ਕਰਨਾ ਵੀ ਕੀ ਆ ਮੈਂ। ਹੁਣ ਮੈਂ ਬਲਕਾਰ ਨਹੀਂ, ਜ਼ੋਰਾਵਰ ਸਿੰਘ ਬਾਜਵਾ ਬਣ ਕੇ ਘਰ ਜਾਊਂਗਾ। ਜਦੋਂ ਸੁਰੀ ਨੇ ਜਾਇਦਾਦ ਆਪਣੀ ਵੇਚਣੀ ਨਹੀਂ ਸੀ, ਇੰਨਾ ਤਮਾਸ਼ਾ ਕਰਨ ਦੀ ਕੀ ਲੋੜ ਸੀ ਉਹਨੂੰ? ਗਲਤੀ ਸਾਡੇ ਕੋਲ ਹੋਈ, ਸਾਨੂੰ ਪਹਿਲਾਂ ਹੀ ਸੋਚ ਲੈਣਾ ਚਾਹੀਦਾ ਸੀ। ਸਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਉਹ ਸਵਰੀਨ ਸਾਡੇ ਨਾਲ ਕਿੰਨੀ ਨਫ਼ਰਤ ਕਰਦੀ, ਕਿ ਭਾਵੇਂ ਉਹਦਾ ਜਿੱਡਾ ਮਰਜ਼ੀ ਵੱਡਾ ਨੁਕਸਾਨ ਹੋਵੇ ਪਰ ਉਹ ਸਾਡਾ ਭਲਾ ਨਹੀਂ ਕਰਨ ਲੱਗੀ। ਸਾਨੂੰ ਸਵਰੀਨ ਦੇ ਸਾਹਮਣੇ ਗਾਹਕ ਬਣ ਕੇ ਜਾਣਾ ਹੀ ਨਹੀਂ ਸੀ ਚਾਹੀਦਾ। ਹੁਣ ਤਾਂ ਸਾਰੀ ਗੱਲ ਖੁੱਲ ਹੀ ਚੁੱਕੀ ਹੈ ਨਾ, ਹੁਣ ਅਸੀਂ ਕਰਾਂਗੇ ਵੀ ਕੀ? ਜੋ ਮਰਜ਼ੀ ਕਰਨਾ ਪਵੇ ਪਰ ਅਸੀਂ ਆਪਣਾ ਘਰ ਉਹ ਸਵਰੀਨ ਕੋਲੋਂ ਹਰ ਹਾਲਤ 'ਚ ਵਾਪਸ ਲੈ ਕੇ ਹਟਾਂਗੇ। ਪਰ ਉਹ ਕਿੱਦਾਂ? ਤੁਹਾਡੇ ਦੋਵਾਂ ਦੇ ਉੱਤੇ ਤਾਂ ਉਹ ਹਜੇ ਤੱਕ ਭਰੋਸਾ ਕਰਦੇ ਨੇ ਨਾ, ਤਾਂ ਅਸੀਂ ਤੁਹਾਡੇ ਦੋਵਾਂ ਦੇ ਸਹਾਰੇ ਕੋਈ ਨਾ ਕੋਈ ਰਸਤਾ ਤਾਂ ਲੱਭ ਹੀ ਲਵਾਂਗੇ। ਇੱਕ ਤਾਂ ਮੈਨੂੰ ਘਰੋਂ ਕੱਢਤਾ ਉਹਨਾਂ ਨੇ, ਨਹੀਂ ਤਾਂ ਉਹਨਾਂ ਦੀ ਕੀ ਸਕੀਮ ਆਪਾਂ ਨੂੰ ਪਤਾ ਲੱਗਦਾ ਰਹਿੰਦਾ। ਸੋਰੇ ਪੁੱਤਰ ਜੀ, ਤੁਸੀਂ ਜਦੋਂ ਵੀ ਕੁਛ ਵੀ ਕਰਦੇ ਹੋ ਮੈਨੂੰ ਕਿਉਂ ਨਹੀਂ ਦੱਸਦੇ? ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਤੁਸੀਂ ਉੱਥੇ ਸਵਰੀਨ ਦੇ ਘਰ 'ਚ ਰਹਿੰਦੇ ਹੋ। ਮਾਫ ਕਰ ਦਿਓ ਪਾਪਾ ਜੀ, ਅਸੀਂ ਤੁਹਾਨੂੰ ਬਿਨਾਂ ਦੱਸੇ ਐਡਾ ਵੱਡਾ ਕਦਮ ਚੁੱਕਿਆ। ਮੈਨੂੰ ਤੁਹਾਡੇ ਦੋਵਾਂ ਦੇ ਇਸ ਕੰਮ ਦੇ ਲਈ ਤੁਹਾਡੇ ਤੇ ਮਾਣ ਹੈ। ਹਾਂ, ਤੁਹਾਡੀ ਇਹ ਸਕੀਮ ਤਾਂ ਕਾਮਯਾਬ ਨਹੀਂ ਹੋਈ ਪਰ ਆਪਾਂ ਹਜੇ ਤੱਕ ਹਾਰੇ ਨਹੀਂ ਹੈਗੇ। ਅੱਗੇ ਤੋਂ ਮੈਥੋਂ ਕੋਈ ਵੀ ਗੱਲ ਨਹੀਂ ਲੁਕਾਉਣੀ, ਹਾਲੇ ਮੈਂ ਇੰਨਾ ਕਮਜ਼ੋਰ ਨਹੀਂ ਹੋਇਆ
ਕਿ ਆਪਣਾ ਘਰ ਵਾਪਸ ਲੈਣ ਦੀ ਲੜਾਈ ਨਾ ਲੜ ਸਕਾਂ। ਉਹ ਘਰ ਸਾਡਾ ਆਪਣਾ ਤੇ ਸਵਰੀਨ ਨੂੰ ਅਸੀਂ ਉਸ ਘਰ ਚੋਂ ਕੱਢਾਂਗੇ, ਭਾਵੇਂ ਉਹਦੇ ਲਈ ਸਾਨੂੰ ਕੁਝ ਵੀ ਕਿਉਂ ਨਾ ਕਰਨਾ ਪਵੇ। ਬਸ ਹੁਣ ਸਾਡੇ ਇਰਾਦਿਆਂ ਨੂੰ ਕੋਈ ਨਹੀਂ ਤੋੜ ਸਕਦਾ। ਹੁਣ ਪਾਪਾ ਜੀ ਤਾਂ ਸਾਡੇ ਨਾਲ ਨੇ। ਟੀਮ ਬਾਜਵਾ ਜਿੰਦਾਬਾਦ, ਟੀਮ ਬਾਜਵਾ ਜਿੰਦਾਬਾਦ, ਟੀਮ ਬਾਜਵਾ ਜਿੰਦਾਬਾਦ। ਤਾਇਆ ਜੀ ਹੁਣ ਤੁਸੀਂ ਸਾਨੂੰ ਇਹ ਦੱਸੋ ਅਸੀਂ ਕਰਨਾ ਕੀ ਹੈ। ਸਭ ਤੋਂ ਪਹਿਲਾਂ ਤਾਂ ਸਾਰੇ ਜਣੇ ਖਾਣਾ ਖਾਓ ਤੇ ਢਿੱਡ ਭਰਿਆ ਹੋਊਗਾ ਤਾਂ ਹੀ ਅਗਲੀ ਸਕੀਮ ਦੇ ਲਈ ਦਿਮਾਗ ਚੱਲੂਗਾ। ਤੁਸੀਂ ਉੱਥੇ ਸਵਰੀਨ ਦੇ ਬਾਡੀਗਾਰਡ ਬਣ ਕੇ ਗਏ ਸੀ ਜ਼ੋਰੇ ਪਾਜੀ? ਹਾਂ ਕਿਉਂ? ਇਹਦਾ ਮਤਲਬ ਹੈ ਕਿ ਤੁਸੀਂ ਕਦੇ ਕਿਸੇ ਨੌਕਰੀ ਤੇ ਗਏ ਹੀ ਨਹੀਂ? ਤਾਂ ਫਿਰ ਇਹ ਤੇ ਚੱਡੀ ਹੈਰਾਨ ਹੋਣ ਵਾਲੀ ਕਿਹੜੀ ਗੱਲ ਹੈ। ਨਹੀਂ ਉਹ ਮੈਨੂੰ ਕਦੇ ਇਹਦਾ ਲੱਗਿਆ ਹੀ ਨਹੀਂ, ਨਾਲੇ ਤੁਸੀਂ ਤਾਂ ਬਹੁਤ ਵਧੀਆ ਨਾਟਕ ਕੀਤਾ ਹੈ ਰਲ ਕੇ। ਚੱਲ ਠੀਕ ਹੈ ਹੁਣ ਜ਼ਿਆਦਾ ਗੱਲਾਂ ਨਾ ਕਰ, ਸਾਰਿਆਂ ਨੂੰ ਬਹੁਤ ਭੁੱਖ ਲੱਗੀ ਹੈ, ਪਹਿਲਾਂ ਜਾ ਕੇ ਰੋਟੀ ਬਣਾ ਲੈ। ਜੀ ਮੈਡਮ ਜੀ, ਚੱਲ ਕੇ ਸਾਰੇ ਖਾਣਾ ਖਾਂਦੇ ਹਾਂ। ਪਤਾ ਲੱਗਿਆ ਨਾ ਕਿ ਜਦ ਤੁਸੀਂ ਇੱਥੇ ਨਹੀਂ ਸੀਗਾ ਮੇਰਾ ਦਿਲ ਕਿਵੇਂ ਸੀ ਲੱਗਦਾ। ਅੱਛਾ ਜੀ ਕੀ ਪਤਾ ਲੱਗਿਆ ਫਿਰ ਤੁਹਾਨੂੰ? ਤੁਹਾਨੂੰ ਕੀ ਪਤਾ, ਤੁਹਾਡੇ ਬਿਨਾਂ ਕੱਲੀ ਰਹਿਣਾ ਕਿੰਨਾ ਔਖਾ ਸੀ ਮੇਰੇ ਲਈ। ਓਹੋ, ਫਿਰ ਹੁਣ ਕਿਉਂ ਮਨ ਖਰਾਬ ਕਰਦੇ? ਹੁਣ ਤਾਂ ਮੈਂ ਆ ਗਿਆ ਨਾ ਤੁਹਾਡੇ ਕੋਲ। ਵੈਸੇ ਲੋਕ ਕਹਿੰਦੇ ਨੇ ਕਿ ਜਿਹਦੀ ਤੁਹਾਨੂੰ ਦਿਲ ਤੋਂ ਯਾਦ ਆਵੇ ਉਹਦਾ ਦਿਲ ਵੀ ਤੁਹਾਡੇ ਲਈ ਧੜਕਦਾ ਹੈ। ਤੁਸੀਂ ਦੱਸੋ ਆਉਂਦੀ ਸੀ ਤੁਹਾਨੂੰ ਮੇਰੀ ਯਾਦ? ਮੇਰੀ ਤਾਂ ਜਾਨ ਹੀ ਸੂਲੀ ਤੇ ਟੰਗੀ ਪਈ ਸੀ, ਐ ਲੱਗਦਾ ਸੀ ਜਿਵੇਂ ਆਉੜੀ ਕਿ ਨਹੀਂ ਮੁੱਕਣੀ। ਰਸੋਈ ਚ ਤਾਂ ਕੋਈ ਵੀ ਨਹੀਂ ਹੈ, ਸ਼ਿੰਦਾ ਚੁਲਬੁਲੀ ਕਿੱਥੇ ਚਲੇ ਗਏ? ਕਾਲ ਕਰਕੇ ਪੁੱਛਦੀ ਹਾਂ ਸ਼ਿੰਦੇ ਨੂੰ। ਹਾਂਜੀ ਭਾਬੀ ਜੀ। ਸ਼ਿੰਦੇ ਕਿੱਥੇ ਹੈ ਤੂੰ, ਤੂੰ ਘਰ ਚ ਨਹੀਂ ਹੈ? ਭਾਬੀ ਜੀ ਮੈਂ ਤੇ ਬਾਜ਼ਾਰ ਆਇਆ ਸੀਗਾ। ਅੱਛਾ
ਪਰ ਇੰਨੀ ਸਵੇਰੇ ਸਵੇਰੇ ਬਾਜ਼ਾਰ? ਹਾਂਜੀ ਭਾਬੀ ਜੀ, ਬਸ ਸਬਜ਼ੀ ਲੈ ਕੇ ਵਾਪਸ ਹੀ ਆਉਣ ਲੱਗਿਆ। ਮੈਂ ਸਵੇਰੇ ਰਸੋਈ ਚ ਦੇਖਿਆ ਕੋਈ ਸਬਜ਼ੀ ਨਹੀਂ ਸੀਗੀ, ਇਸ ਕਰਕੇ ਮੈਂ ਸਬਜ਼ੀ ਲੈਣ ਨਿਕਲ ਗਿਆ। ਅੱਛਾ ਠੀਕ ਹੈ, ਤੂੰ ਬਾਜ਼ਾਰ ਚ ਹੈ ਤਾਂ ਚੁਲਬੁਲੀ ਕਿੱਥੇ? ਉਹ ਤੇ ਨਹੀਂ ਜੀ ਮੇਰੇ ਨਾਲ, ਉਹ ਜਦੋਂ ਮੈਂ ਘਰੋਂ ਨਿਕਲਿਆ ਸੀਗਾ ਉਹ ਘਰ ਸੀਗੀ ਵੀ ਨਹੀਂ, ਇਸ ਕਰਕੇ ਮੈਂ ਕੱਲੇ ਹੀ ਆ ਗਿਆ। ਚੱਲ ਠੀਕ ਹੈ, ਤੂੰ ਆ ਜਾ। ਠੀਕ ਹੈ ਜੀ। ਸ਼ਿੰਦਾ ਬਾਜ਼ਾਰ ਗਿਆ ਤਾਂ ਚੁਲਬੁਲੀ ਕਿੱਥੇ ਗਈ? ਉਹਨੂੰ ਵੀ ਫੋਨ ਕਰਕੇ ਵੇਖਦੀ ਹਾਂ। ਇਹਦਾ ਫੋਨ ਤਾਂ ਇੱਥੇ ਵੱਜੀ ਜਾਂਦਾ। ਚੁਲਬੁਲੀ ਨੂੰ ਸਵਰੀਨ ਦਾ ਸਵੇਰੇ ਸਵੇਰੇ ਫੋਨ ਕਿਉਂ ਆਇਆ? ਦੇਖ ਲਓ ਜੁਨੀ, ਉਹ ਪਹਿਲਾਂ ਵੀ ਉਹਦੀ ਹੋ ਸਕੀ ਸੀ, ਅੱਜ ਵੀ ਉਹਦੀ ਹੋ ਸਕੀ। ਪਰ ਪਤਾ ਨਹੀਂ ਕਿਉਂ ਸਰਾਵਟ ਜੀ, ਮੇਰੇ ਤਾਂ ਹਜੇ ਵੀ ਇਹ ਗੱਲ ਮੰਨਣ ਚ ਆਉਂਦੀ ਨਹੀਂ। ਮੇਰਾ ਹਜੇ ਵੀ ਉਹਨੂੰ ਕੁਝ ਪੁੱਛਣ ਨੂੰ ਦਿਲ ਹੀ ਨਹੀਂ ਕਰਦਾ। ਪਰ ਤੁਹਾਡੇ ਮੰਨਣ ਚ ਗੱਲ ਆਊਗੀ ਕਿਵੇਂ? ਉਹਦੇ ਮੈਂ ਉਹਨੂੰ ਸਵਰੀਨ ਨਾਲ ਗੱਲਾਂ ਕਰਦੀ ਦੇਖੀ ਤੇ ਹੁਣ ਜੀ ਉਹਦੇ ਫੋਨ ਤੇ ਸਵਰੀਨ ਦੀਆਂ ਮਿਸ ਕਾਲਾਂ ਆਈ ਹੋਈਆਂ ਨੇ। ਚੁਲਬੁਲੀ ਕਿੱਥੇ ਗਈ ਸੀ ਤੂੰ ਬਿਨਾਂ ਦੱਸੇ? ਕੀ ਹੋਇਆ ਮੈਡਮ ਜੀ? ਸਵਾਲ ਦੇ ਬਦਲੇ ਸਵਾਲ ਨਾ ਪੁੱਛ, ਜਿੰਨਾ ਪੁੱਛਿਆ ਉਹ ਦੱਸ। ਮੈਂ ਤਾਂ ਦੁੱਧ ਲੈਣ ਗਈ ਸੀ। ਪਰ ਦੁੱਧ ਤਾਂ ਦੂਜੀ ਘਰੇ ਦੇ ਕੇ ਜਾਂਦਾ। ਉਹ ਤਾਂ ਦੁੱਧ ਦੇਣ ਆਇਆ ਸੀ ਪਰ ਉਹਦੇ ਕੋਲੋਂ ਨਾ ਸਾਰਾ ਦੁੱਧ ਗਿਰ ਗਿਆ ਤੇ ਉਹਦੇ ਕੋਲ ਹੋਰ ਵੀ ਹੈ ਨਹੀਂ ਸੀਗਾ। ਮੈਂ ਉਹਦੇ ਘਰੋਂ ਜਾ ਕੇ ਦੁੱਧ ਲੈ ਕੇ ਆਈ ਆ, ਨਾਲੇ ਮੇਰੇ ਕਰਕੇ ਅੱਜ ਸਾਰਿਆਂ ਦੀ ਸਵੇਰ ਦੀ ਚਾਹ ਵੀ ਲੇਟ ਹੋ ਗਈ। ਮੈਂ ਹੁਣੇ ਬਣਾ ਕੇ ਲੈ ਕੇ ਆਉਂਦੀ ਆ। ਰੁਕ ਚੁਲਬੁਲੀ, ਇੱਕ ਗੱਲ ਸੱਚੋ ਸੱਚ ਦੱਸ, ਤੇਰੀ ਸਵਰੀਨ ਨਾਲ ਗੱਲ ਹੁੰਦੀ ਹੈ ਕਿ ਨਹੀਂ? ਏਦਾਂ ਦੀ ਗੱਲ ਕਿਉਂ ਕਰਦੇ ਹੋ ਮੈਡਮ ਜੀ? ਮੇਰਾ ਉਹਦੇ ਨਾਲ ਕੀ ਲੈਣਾ ਦੇਣਾ? ਜ਼ਿਆਦਾ ਦਲੀਲਾਂ ਨਾ ਦੇ, ਤੂੰ ਸੱਚ ਦੱਸ, ਸਾਡੇ ਘਰ ਦੀਆਂ ਗੱਲਾਂ ਜਾ ਕੇ ਸਵਰੀਨ ਨੂੰ ਦੱਸਦੀ ਹੈ ਨਾ ਤੂੰ? ਹਾਏ ਜ਼ੋਰੇ ਪਾਜੀ, ਤੁਸੀਂ ਏਦਾਂ ਕਿਉਂ ਕਹਿੰਦੇ ਹੋ? ਮੈਨੂੰ ਵੀ ਤਾਂ ਪਤਾ ਹੈ ਕਿ ਉਹਨੇ ਸਾਡੇ ਪਰਿਵਾਰ ਨਾਲ ਕੀ ਕੀਤਾ ਹੈ, ਫਿਰ ਮੈਂ ਆਪਣੇ ਪਰਿਵਾਰ ਨਾਲ, ਇਸ ਪਰਿਵਾਰ ਨਾਲ ਧੋਖਾ ਕਰਾਂਗੀ? ਵੈਸੇ ਇਹ ਗੱਲ ਪੁੱਛਣ ਚ ਅਜੀਬ ਤਾਂ ਮੈਨੂੰ ਵੀ ਲੱਗ ਰਹੀ ਹੈ। ਮੇਰਾ ਵੀ ਤੈਨੂੰ ਕੁਝ ਪੁੱਛਣ ਨੂੰ ਦਿਲ ਨਹੀਂ ਸੀ ਕਰਦਾ। ਮੈਨੂੰ ਫਿਰ ਇਹ ਲੱਗਦਾ ਕਿ ਤੂੰ ਸਾਡੇ ਪਰਿਵਾਰ ਨੂੰ ਧੋਖਾ ਨਹੀਂ ਦੇ ਸਕਦੀ, ਸਾਡੇ ਪਰਿਵਾਰ ਦੇ ਖਿਲਾਫ ਜਾ ਕੇ ਕੋਈ ਕੰਮ ਨਹੀਂ ਕਰ ਸਕਦੀ। ਪਰ ਫਿਰ ਵੀ ਮੈਂ ਮਜਬੂਰ ਹਾਂ। ਏਦਾਂ ਦੀ ਕਿਹੜੀ ਮਜਬੂਰੀ ਹੈ ਮੈਡਮ ਜੀ? ਚੁਲਬੁਲੀ, ਤੈਨੂੰ ਮੈਂ ਸਵਰੀਨ ਨਾਲ ਆਪਣੇ ਅੱਖੀ ਗੱਲ ਕਰਦੇ ਦੇਖਿਆ ਤੇ ਅੱਖੀ ਦੇਖੀ ਗੱਲ ਕਦੇ ਵੀ ਝੂਠ ਨਹੀਂ ਹੋ ਸਕਦੀ। ਰੁਕ ਚੁਲਬੁਲੀ, ਤੂੰ ਦੱਸ, ਤੇ ਤੈਨੂੰ ਉਹਦਾ ਫੋਨ ਵੀ ਆਇਆ ਸੀ, ਮੈਂ ਆਪ ਦੇਖਿਆ ਤੇਰੇ ਫੋਨ ਤੇ। ਬਸ ਹੁਣ ਤੂੰ ਇਹ ਦੱਸ ਕਿ ਜੇ ਤੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤਾਂ ਤੂੰ ਉਹਨੂੰ ਮਿਲੀ ਕਿਉਂ ਤੇ ਉਹਦੇ ਨਾਲ ਗੱਲ ਕਿਉਂ ਕੀਤੀ ਤੂੰ? ਤੇ ਗੱਲ ਕੀਤੀ ਵੀ ਹੈ ਤਾਂ ਕੀ ਗੱਲ ਕੀਤੀ ਦੱਸੇਂਗੀ ਹੁਣ? ਅਜੂਨੀ ਪੁੱਤਰ ਜੀ, ਜੇ ਇਦਾਂ ਦੀ ਗੱਲ ਹੈ ਤਾਂ ਪੁੱਛਣ ਦੀ ਕੋਈ ਲੋੜ ਨਹੀਂ, ਇਹਨੂੰ ਕੱਢੋ ਬਾਹਰ, ਇਹਨੂੰ।
ਜੇ ਤੂੰ ਸਵਰੀਨ ਦਾ ਸਾਥ ਦੇਣਾ ਤਾਂ ਸਵਰੀਨ ਨਾਲ ਜਾ ਕੇ ਹੀ ਰਹਿ। ਨਹੀਂ ਵੱਡੇ ਸਰਦਾਰ ਸਾਹਿਬ, ਮੈਂ ਸਵਰੀਨ ਦੇ ਨਾਲ ਨਹੀਂ ਆ। ਫਿਰ ਉਹ ਤੈਨੂੰ ਮਿਲੀ ਕਿਉਂ ਸੀ? ਉਹ ਮੈਨੂੰ ਖੁਦ ਮਿਲਣ ਆਈ ਸੀ। ਉਹ ਮੈਨੂੰ ਕਹਿੰਦੀ ਸੀ ਕਿ ਮੈਂ ਉਹਦੇ ਵੱਲ ਹੋ ਜਾਵਾਂ ਤੇ ਇੱਧਰ ਦੀਆਂ ਸਾਰੀਆਂ ਗੱਲਾਂ ਉਹਨੂੰ ਦੱਸਾਂ, ਪਰ ਮੈਂ ਉਹਨੂੰ ਮਨਾ ਕਰਤਾ। ਜੇ ਤੂੰ ਉਹਨੂੰ ਮਨਾ ਕਰਤਾ ਸੀ ਤਾਂ ਫਿਰ ਸਵਰੀਨ ਨੇ ਤੈਨੂੰ ਫੋਨ ਕਿਉਂ ਕੀਤਾ? ਉਹ ਮੈਨੂੰ ਫੋਨ ਵੀ ਇਸੇ ਕਰਕੇ ਕਰਦੀ ਸੀ, ਇਹੀ ਗੱਲ ਕਹਿੰਦੀ ਸੀ, ਪਰ ਮੈਂ ਉਦੋਂ ਫੋਨ ਵੀ ਨਹੀਂ ਚੁੱਕਿਆ। ਬਸ ਕਰ, ਹੋਰ ਝੂਠ ਨਾ ਬੋਲ ਚੁਲਬਲੀ। ਸਾਨੂੰ ਹੁਣ ਦੁਬਾਰਾ ਧੋਖਾ ਨਾ ਦੇ ਤੂੰ। ਹਾਂ, ਆਪਣੇ ਡਰਾਮੇ ਬੰਦ ਕਰ ਲੈ, ਸਮਝ ਗਈ ਤੂੰ? ਵੱਡੇ ਸਰਦਾਰ ਸਾਹਿਬ ਬਿਲਕੁਲ ਠੀਕ ਕਹਿ ਰਹੇ ਨੇ ਚੁਲਬਲੀ, ਤੂੰ ਨਿਕਲ ਜਾ ਇੱਥੋਂ। ਨਹੀਂ ਸ਼ਿੰਦਿਆ, ਨਹੀਂ ਵੱਡੇ ਸਰਦਾਰ ਸਾਹਿਬ, ਮੈਂ ਸਵਰੀਨ ਦੇ ਵੱਲ ਨਹੀਂ ਆ। ਹੁਣ ਮੈਂ ਤੁਹਾਨੂੰ ਕਿਵੇਂ ਇਸ ਗੱਲ ਦਾ ਸਬੂਤ ਦੇਵਾਂ? ਸਾਨੂੰ ਕਿਸੇ ਸਬੂਤ ਦੀ ਲੋੜ ਨਹੀਂ ਹੈਗੀ, ਅਸੀਂ ਸਿਰਫ ਇੱਕੋ ਗੱਲ ਜਾਣਦੇ ਹਾਂ ਕਿ ਅਸੀਂ ਇਸ ਘਰ ਦੇ ਵਿੱਚ ਕਿਸੇ ਵੀ ਜਾਸੂਸ ਨੂੰ ਨਹੀਂ ਚਾਹੁੰਦੇ। ਸ਼ਿੰਦਿਆ, ਇਹਦਾ ਬੋਰੀਆ ਬਿਸਤਰਾ ਬੰਨ ਤੇ ਇਹਨੂੰ ਘਰੋਂ ਬਾਹਰ ਕੱਢ। ਹਾਂਜੀ। ਮੈਨੂੰ ਇੱਕ ਵਾਰੀ ਮੌਕਾ ਤੇ ਦਿਓ। ਨਹੀਂ ਚੁਲਬੁਲੀ, ਹੁਣ ਕੋਈ ਮੌਕਾ ਨਹੀਂ ਮਿਲਣਾ ਤੈਨੂੰ, ਕਿਸੇ ਨੇ ਤੇਰੀ ਕੋਈ ਸਫਾਈ ਨਹੀਂ ਸੁਣੀ। ਪਾਪਾ ਜੀ ਨੇ ਆਪਣਾ ਫੈਸਲਾ ਸੁਣਾ ਤਾ, ਨਿਕਲ ਤਾ ਸਾਡੇ ਘਰ ਤੋਂ ਬਾਹਰ ਤੋਂ। ਮੈਨੂੰ ਮਾਫ ਕਰ ਦਿਓ ਬੀਬੀ ਪ੍ਰਧਾਨ, ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਹੈ। ਮੈਂ ਤੁਹਾਡੀ ਕੋਈ ਗੱਲ ਨਹੀਂ ਮੰਨੀ, ਕੋਈ ਗੱਲ ਨਹੀਂ ਸੁਣੀ ਮੈਂ ਤੁਹਾਡੀ। ਮੈਂ ਮਰ ਮਰ ਕੇ ਟੁੱਟ ਟੁੱਟ ਕੇ ਬਾਜਵਾ ਪਰਿਵਾਰ ਦੇ ਲਈ ਕੰਮ ਕਰਦੀ ਰਹੀ, ਪਰ ਉਹਨਾਂ ਨੇ ਮੈਨੂੰ ਧੋਖੇ ਬਾਜ਼ ਸਮਝਿਆ ਤੇ ਆਖਰ ਚ ਮੈਨੂੰ ਲੱਤ ਮਾਰ ਕੇ ਇਸ ਘਰੋਂ ਬਾਹਰ ਕੱਢ ਦਿੱਤਾ। ਅੱਛਾ, ਤੇ ਤੂੰ ਹੁਣ ਇੱਥੇ ਆਈ ਹੈ ਜਦੋਂ ਉੱਥੇ ਤੇਰੀ ਕਿਸੇ ਨੇ ਗੱਲ ਨਹੀਂ ਸੁਣੀ ਤੇ ਤੈਨੂੰ ਤੱਕੇ ਮਾਰ ਕੇ ਘਰੋਂ ਕੱਢ ਦਿੱਤਾ, ਤੇ ਤੈਨੂੰ ਕੀ ਲੱਗਦਾ ਹੈ ਕਿ ਮੈਂ ਇੱਥੇ ਅਨਾਥ ਆਸ਼ਰਮ ਖੋਲੇ ਬੈਠੀ ਹਾਂ? ਕਿ ਤੂੰ ਹੁਣ ਅਨਾਥ ਹੋ ਗਈ ਹੈ ਤਾਂ ਤੈਨੂੰ ਮੈਂ ਇੱਥੇ ਰੱਖ ਲਵਾਂ? ਉਸ ਦਿਨ ਦਾ ਚੇਤਾ ਕਰ ਜਦੋਂ ਮੈਂ ਤੈਨੂੰ ਆਪਣਾ ਸਾਥ ਦੇਣ ਨੂੰ ਕਿਹਾ ਸੀ, ਉਦੋਂ ਤਾਂ ਤੂੰ ਬੜੀ ਆਕੜ ਨਾਲ ਮੈਨੂੰ ਮਨਾ ਕਰ ਦਿੱਤਾ ਸੀ, ਤੇ ਫਿਰ ਹੁਣ ਕਿਉਂ ਮਾੜੀਏ ਤੈਨੂੰ ਅਸੀਂ ਇੱਥੇ? ਨਹੀਂ ਬੀਬੀ ਪ੍ਰਧਾਨ, ਨਹੀਂ ਬੀਬੀ ਪ੍ਰਧਾਨ, ਉਹ ਤਾਂ ਮੇਰੀ ਸਭ ਤੋਂ ਵੱਡੀ ਗਲਤੀ ਸੀਗੀ। ਉਸ ਦਿਨ ਮੈਂ ਤੁਹਾਡੀ ਗੱਲ ਮੰਨੀ ਨਹੀਂ, ਪਰ ਹੁਣ ਮੈਨੂੰ ਸਮਝ ਆ ਗਿਆ ਕਿ ਮੇਰਾ ਗੁਜ਼ਾਰਾ ਤੁਹਾਡੇ ਨਾਲ ਹੀ ਹੈ। ਪਰ ਮੇਰਾ ਗੁਜ਼ਾਰਾ ਤਾਂ ਤੇਰੇ ਤੋਂ ਬਿਨਾਂ ਵੀ ਹੋ ਜਾਂਦਾ, ਫਿਰ ਤੈਨੂੰ ਗੱਲ ਪਾਉਣ ਦਾ ਫਾਇਦਾ ਕੀ ਹੈ? ਏਦਾਂ ਨਾ ਕਹੋ ਬੀਬੀ ਪ੍ਰਧਾਨ, ਮੈਂ ਤਾਂ ਸ਼ੁਰੂ ਤੋਂ ਹੀ ਤੁਹਾਡੇ ਵੱਲ ਹਾਂ। ਜਦੋਂ ਤੁਹਾਡਾ ਮਾੜਾ ਵੇਲਾ ਆਇਆ ਸੀ ਉਦੋਂ ਤੁਹਾਡੀ ਉਹ ਚੰਚਲ ਤੁਹਾਨੂੰ ਪਿੱਠ ਦਿਖਾ ਕੇ ਭੱਜ ਗਈ ਸੀ, ਪਰ ਮੈਂ ਤਾਂ ਸ਼ੁਰੂ ਤੋਂ ਹੀ ਤੁਹਾਡੇ ਨਾਲ ਹਾਂ। ਮੈਂ ਤੁਹਾਨੂੰ ਕਦੇ ਨਹੀਂ ਛੱਡਿਆ, ਪਰ ਹੁਣ ਮੈਨੂੰ ਤੁਹਾਡੀ ਜ਼ਰੂਰਤ ਹੈ। ਮੈਨੂੰ ਆਪਣੇ ਨਾਲ ਰੱਖ ਲਓ ਬੀਬੀ ਪ੍ਰਧਾਨ, ਹੁਣ ਮੈਂ ਕਿੱਥੇ ਜਾਵਾਂ? ਮੇਰੇ ਕੋਲ ਤਾਂ ਰਹਿਣ ਲਈ ਜਗ੍ਹਾ ਵੀ ਹੈ ਨਹੀਂ। ਹੁਣ ਤੈਨੂੰ ਆਪਣੇ ਸਿਰ ਤੇ ਬਿਠਾਉਣ ਦਾ ਕੀ ਫਾਇਦਾ? ਇਹ ਤਾਂ ਮਰਿਆ ਸੱਪ ਗਲ ਪਾਉਣ ਦੇ ਬਰਾਬਰ ਹੈ। ਫਾਇਦਾ ਤਾਂ ਹੁੰਦਾ ਜੇ ਤੂੰ ਉਧਰ ਅਜੂਨੀ ਦੇ ਘਰ ਹੁੰਦੀ ਤੇ ਉਧਰਲੀਆਂ ਗੱਲਾਂ ਸਾਨੂੰ ਦੱਸ, ਫਿਰ ਤੈਨੂੰ ਅਸੀਂ ਰੱਖ ਵੀ ਸਕਦੇ ਸੀ। ਹੁਣ ਤੂੰ ਸਾਡੇ ਕਿਸੇ ਕੰਮ ਦੀ ਨਹੀਂ।
ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ, ਤੁਹਾਨੂੰ ਪਤਾ ਜ਼ੋਰੇ ਪਾਜੀ ਇਸ ਘਰੋਂ ਜ਼ਮੀਨ ਦੇ ਕਾਗਜ਼ ਲੈ ਕੇ ਚਲੇ ਗਏ ਨੇ। ਉਹ ਜ਼ਮੀਨ ਜਿਹੜੀ ਉਹਨਾਂ ਦੇ ਨਾਂ ਸੀ। ਕੀ ਬਕਵਾਸ ਕਰਦੀ ਪਈ ਹੈ? ਹਾਂਜੀ ਬੀਬੀ ਜੀ, ਜ਼ੋਰੇ ਪਾਜੀ ਇੱਥੇ ਆਏ ਸੀ ਤੇ ਉਹ ਕਰਜ਼ਾ ਲੈਣ ਲਈ ਜ਼ਮੀਨ ਦੇ ਕਾਗਜ਼ ਲੈ ਕੇ ਗਏ ਨੇ। ਪਰ ਕਦੋਂ, ਉਹ ਕਿਹੜੇ ਵੇਲੇ ਆ ਕੇ ਲੈ ਗਿਆ ਉਹ ਕਾਗਜ਼? ਉਹ ਤਾਂ ਪੱਕੇ ਇੱਥੇ ਸੀਗੇ ਨਾ। ਪੱਕੇ ਹੀ ਇੱਥੇ ਸੀ ਮਤਲਬ? ਐਵੇਂ ਗੱਪਾਂ ਨਾ ਮਾਰ, ਜੇ ਉਹ ਇੱਥੇ ਹੁੰਦਾ ਤਾਂ ਉਹਨੂੰ ਅਸੀਂ ਬਿਠਾ ਕੇ ਪੁੱਜਣਾ ਸੀ। ਬਲਕਾਰ ਤਾਂ ਇੱਥੇ ਸੀਗਾ ਨਾ ਤੁਹਾਡੇ ਕੋਲ ਪੱਕੇ ਤੌਰ ਤੇ? ਆਹੋ ਹੈ ਤਾਂ ਉਹ ਬਲਕਾਰ ਸੀ, ਜ਼ੋਰਾ ਨਹੀਂ। ਜ਼ੋਰਾ ਹੀ ਬਲਕਾਰ ਸੀਗਾ। ਜ਼ੋਰਾ ਹੀ ਬਲਕਾਰ ਸੀ? ਹਾਂਜੀ ਬੀਬੀ ਜੀ, ਜ਼ੋਰਾ ਬਲਕਾਰ ਬਣ ਕੇ ਇੱਥੇ ਆਇਆ ਸੀ ਜ਼ਮੀਨ ਦੇ ਕਾਗਜ਼ ਲੈਣ ਲਈ। ਜਦੋਂ ਉਹਨੂੰ ਉਹ ਮਿਲ ਗਏ ਤਾਂ ਉਹ ਲੈ ਕੇ ਇੱਥੋਂ ਨਿਕਲ ਗਿਆ। ਜ਼ੋਰਾ ਬਲਕਾਰ ਬਣ ਕੇ ਆਇਆ ਸੀ? ਹਾਂ, ਤਾਂ ਹੀ ਇਹ ਜ਼ੋਰਾ ਤੇ ਬਲਕਾਰ ਇੱਕ ਦੂਜੇ ਦੇ ਸਾਹਮਣੇ ਨਹੀਂ ਆਏ ਕਦੇ। ਹਾਂ, ਤੇ ਤੁਸੀਂ ਜੋ ਹੈਗੇ ਹੋ ਨਾ, ਤੁਹਾਡੇ ਸਾਹਮਣੇ ਜਿਹੜਾ ਮਰਜ਼ੀ ਆ ਜਾਵੇ, ਜਿਹੜਾ ਮਰਜ਼ੀ ਤੁਹਾਨੂੰ ਪੁੱਤੂ ਬਣਾ ਕੇ ਚਲੇ ਜਾਵੇ, ਪਰ ਤੁਸੀਂ ਬਿਨਾਂ ਜਾਂਚ ਪਰਖ ਕੀਤੇ ਨਾ ਉਹਨੂੰ ਇੱਥੇ ਬਿਠਾ ਲਿਆ ਕਰੋ, ਠੀਕ ਹੈ ਨਾ? ਬੀਬੀ ਜੀ, ਮੈਂ ਤਾਂ ਹੋਰ ਵੀ ਖਬਰਾਂ ਕਢਾ ਸਕਦੀ ਹਾਂ, ਭਾਵੇਂ ਮੈਂ ਉੱਥੇ ਨਹੀਂ ਰਹਿੰਦੀ, ਪਰ ਸ਼ਿੰਦੇ ਨਾਲ ਮੇਰੀ ਚੰਗੀ ਬਣਦੀ ਹੈ। ਤੇ ਉਹ ਤੇਰੀ ਗੱਲ ਮੰਨੂਗਾ? ਹਾਂਜੀ, ਉਹ ਤੇ ਮੂੰਹ ਦੇ ਨੱਕ ਵਰਗਾ, ਮੈਂ ਜਿੱਧਰ ਨੂੰ ਚਾਹਵਾਂ ਉਧਰ ਕਮਾ ਸਕਦੀ ਹਾਂ। ਉਹਨੂੰ ਤਾਂ ਹਜੇ ਵੀ ਲੱਗਦਾ ਹੈ ਕਿ ਮੇਰਾ ਕੋਈ ਕਸੂਰ ਨਹੀਂ, ਉਹ ਮੈਨੂੰ ਇੱਕ ਇੱਕ ਮਿੰਟ ਦੀ ਖਬਰ ਦੇ ਸਕਦਾ। ਉਹਨੂੰ ਸ਼ੱਕ ਨਹੀਂ ਹੋਊਗਾ ਤੇਰੇ ਤੇ? ਰਹੇਗੀ ਇੱਥੇ ਤੇ ਫਿਰ ਵੀ ਉਹ ਤੈਨੂੰ ਸਾਰਾ ਕੁਛ ਦੱਸੂ? ਹਾਂਜੀ ਬੀਬੀ ਜੀ, ਜ਼ਰੂਰ ਦੱਸੂਗਾ। ਉਹਦੇ ਸਾਹਮਣੇ ਤਾਂ ਮੈਂ ਵਿਚਾਰੀ ਜੀ ਬਣ ਕੇ ਜਾਣਾ। ਉਹਨੂੰ ਮੈਂ ਸਮਝਾ ਦੇਊਂਗੀ ਕਿ ਸਾਰੇ ਪਰਿਵਾਰ ਦੀ ਜ਼ਿੰਮੇਦਾਰੀ ਵੀ ਤਾਂ ਹੈ ਨਾ ਸਾਡੇ ਉੱਤੇ। ਉਹ ਮੰਨ ਜੂਗਾ ਕਿਉਂਕਿ ਹੁਣ ਘਰਦਿਆਂ ਦਾ ਢਿੱਡ ਵੀ ਤਾਂ ਭਰਨਾ ਹੀ ਹੈ ਨਾ। ਹੋਰ ਕੋਈ ਏਦਾਂ ਦੀ ਗੱਲ ਜਿਹੜੀ ਤੈਨੂੰ ਪਤਾ ਹੋਵੇ ਤੇ ਸਾਨੂੰ ਨਾ ਪਤਾ ਹੋਵੇ? ਇਸ ਵੇਲੇ ਤਾਂ ਉਹ ਇੱਕੋ ਗੱਲੋਂ ਪਰੇਸ਼ਾਨ ਨੇ ਕਿ ਤੁਸੀਂ ਇਹ ਘਰ ਵੇਚਣ ਤੋਂ ਮਨਾ ਕਰ ਦਿੱਤਾ ਹੈ। ਉਸ ਗੱਲੋਂ ਤਾਂ ਉਹਨਾਂ ਦਾ ਰੰਗ ਪੱਕਾ ਹੀ ਉੱਡਿਆ ਰਹੂ, ਕਿਉਂਕਿ ਘਰ ਤਾਂ ਮੈਂ ਉਹਨਾਂ ਨੂੰ ਕਦੇ ਨਹੀਂ ਵੇਚਣਾ। ਉਦੋਂ ਤੂੰ ਇੰਨੀ ਵੀ ਨਿਕੰਮੀ ਨਹੀਂ ਹੈਗੀ, ਤਾਂ ਹੀ ਤਾਂ ਤੈਨੂੰ ਮੈਂ ਆਪਣੇ ਵੱਲ ਖੜਾ ਕਰਨਾ ਚਾਹੁੰਦੀ ਸੀ। ਫੇਰ ਤਾਂ ਮੈਂ ਇੱਥੇ ਰਹਿ ਸਕਦੀ ਹਾਂ ਨਾ ਬੀਬੀ ਪ੍ਰਧਾਨ? ਹਾਂ ਹਾਂ, ਰਹਿ ਸਕਦੀ ਹੈ। ਹਾਂ, ਇਹ ਠੀਕ ਰਹੂ, ਨਾਲੇ ਤੂੰ ਰਹੇਗੀ, ਚੰਗਾ ਹੀ ਹੋ, ਬੱਚੇ ਦਾ ਵੀ ਖਿਆਲ ਰੱਖੂਗੀ। ਆ ਲੈ ਸਾਂਭ ਇਹਨੂੰ। ਤੁਹਾਡੀ ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਮੈਨੂੰ ਆਪਣੇ ਨਾਲ ਰੱਖ ਲਿਆ, ਮੈਂ ਤੁਹਾਡਾ ਇਹਸਾਨ ਜ਼ਿੰਦਗੀ ਭਰ ਨਹੀਂ ਭੁੱਲ ਸਕਦੀ। ਕਿਥੇ ਚੁਲਬਲੀ, ਉਹਨੇ ਪਤਾ ਨਹੀਂ ਕੀ ਦੱਸਿਆ ਹੋਣਾ ਸਵਰੀਰ ਨੂੰ ਜਾ ਕੇ ਸਾਡੀ ਸਕੀਮ ਬਾਰੇ। ਅਸੀਂ ਉਹਨੂੰ ਕਿੰਨੇ ਭਰੋਸੇ ਨਾਲ ਰੱਖਿਆ ਸੀ ਇਸ ਘਰ 'ਚ, ਪਰ ਕੀ ਅਸੀਂ ਕਿਹੜਾ ਉਹਨੂੰ ਆਪਣੀ ਸਕੀਮ ਦਾ ਹਿੱਸਾ ਬਣਾਇਆ ਸੀ। ਇਸ ਕਰਕੇ ਇਸ ਗੱਲੋਂ ਡਰਨ ਦੀ ਕੋਈ ਲੋੜ ਨਹੀਂ ਕਿ ਉਹਨੇ ਦਲਜੀਤ ਤੇ ਮਨੀ ਬਾਰੇ ਕੋਈ ਗੱਲ ਕੀਤੀ ਹੋ। Thank you.
ਲਈ ਪਤਾ ਨਹੀਂ ਕਿਹੜੀ ਸਕੀਮ ਬਣਾਉਂਦੇ ਪਏ ਨੇ, ਕੁਛ ਪਤਾ ਹੀ ਨਹੀਂ ਲੱਗਦਾ ਪਿਆ। ਕੁਛ ਤਾਂ ਕਰਨਾ ਹੀ ਪਊਗਾ ਇਹਦਾ। ਏਦਾਂ ਤਾਂ ਨਹੀਂ ਹੋ ਸਕਦਾ ਕਿ ਅਸੀਂ ਬਸ ਬਹਿ ਕੇ ਉਡੀਕਦੇ ਰਹੀਏ ਕਿ ਕਦੋਂ ਇਹ ਕਮਰੇ ਚ ਆਉਣ ਤੇ ਕਦੋਂ ਬਹਿ ਕੇ ਸਾਰਾ ਕੁਛ ਪਕੜ। ਸਾਨੂੰ ਤਾਂ ਉਹਨਾਂ ਲੋਕਾਂ ਦਾ ਵੀ ਹਜੇ ਤੱਕ ਪਤਾ ਨਹੀਂ ਲੱਗਿਆ ਜਿਹੜੇ ਅਜੂਨੀ ਦੀ ਮਦਦ ਕਰਦੇ ਪਏ ਨੇ। ਜਦੋਂ ਆਪਾਂ ਨੇ ਇਹਨਾਂ ਨੂੰ ਆਪਣੀ ਜਾਇਦਾਦ ਵੇਚਣੀ ਨਹੀਂ, ਫਿਰ ਫਾਲਤੂ ਦੀ ਸਿਰਖ ਪਾਈ ਕਰਨ ਦਾ ਕੀ ਫਾਇਦਾ? ਇਹੀ ਗੱਲ ਤਾਂ ਗਲਤ ਹੈ ਤੁਹਾਡੀ। ਆਪਣੇ ਦੁਸ਼ਮਣਾਂ ਦੀ ਹਰ ਚਾਲ ਦਾ ਤੁਹਾਨੂੰ ਪਹਿਲਾਂ ਹੀ ਪਤਾ ਹੋਣਾ ਚਾਹੀਦਾ, ਤਾਂ ਹੀ ਉਹਦੀ ਚਾਲ ਚੱਲਣ ਤੋਂ ਪਹਿਲਾਂ ਉਹਦੀ ਹਰ ਚਾਲ ਦਾ ਤੋੜ ਤੁਹਾਡੇ ਹੱਥ ਵਿੱਚ ਆਉਂਦਾ ਹੈ। ਆਪਾਂ ਨੇ ਇਹਨਾਂ ਨੂੰ ਆਪਣੀ ਜਾਇਦਾਦ ਵੇਚਣ ਤੋਂ ਮਨਾ ਕਰਤਾ, ਹੋਰ ਇਸ ਤੋਂ ਵੱਡਾ ਕੀ ਤੋੜ ਹੋਊਗਾ ਉਹਨਾਂ ਦੀ ਚਾਲ ਦਾ? ਤੁਹਾਨੂੰ ਕੀ ਲੱਗਦਾ ਕਿ ਉਹ ਅਜੂਨੀ ਚੁੱਪ ਕਰਕੇ ਬਹਿ ਜਾਏਗੀ ਜੇ ਹੁਣ ਉਹਨੇ ਕਿਸੇ ਹੋਰ ਨੂੰ ਸਾਡੇ ਵਿਰੁੱਧ ਖੜਾ ਕਰ ਦਿੱਤਾ ਫਿਰ? ਇਹ ਗੱਲ ਸਹੀ ਹੈ ਤੁਹਾਡੀ। ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਘਰ ਦਾ ਖਾਣਾ ਖਾ ਕੇ ਕਿੰਨਾ ਵਧੀਆ ਲੱਗ ਰਿਹਾ ਮੈਨੂੰ। ਤੇ ਨਾਲੇ ਹੁਣ ਕਬੱਡੀ ਦੀ ਪ੍ਰੈਕਟਿਸ ਵੀ ਸ਼ੁਰੂ ਕਰਨੀ ਹੈ ਤੁਸੀਂ? ਨਹੀਂ ਅਜੇ ਨਹੀਂ, ਅਜੇ ਤਾਂ ਪੂਰਾ ਧਿਆਨ ਇਹ ਹੈ ਕਿ ਅਜੇ ਤਾਂ ਪਹਿਲਾਂ ਆਪਣਾ ਘਰ ਵਾਪਸ ਲੈਣਾ। ਅਜੇ ਮੇਰਾ ਪੂਰਾ ਧਿਆਨ ਇਹਦੇ 'ਤੇ ਹੈ, ਉਸ ਤੋਂ ਬਾਅਦ ਦੇਖਾਂਗੇ ਕੀ ਕਰਨਾ। ਪਾਪਾ ਜੀ ਨਾਲ ਵੀ ਅਗਲੀ ਸਕੀਮ ਬਾਰੇ ਗੱਲ ਕਰਦੇ ਆ, ਹੁਣ ਤਾਂ ਉਹ ਵੀ ਸਾਡੇ ਨਾਲ ਨੇ। ਹੁਣ ਮੰਤਰੀ ਸਾਹਿਬ ਕਿੱਦਾਂ ਬੇੜਾ ਬੰਨੇ ਲਾਉਣਗੇ ਇਹਨਾਂ ਦਾ? ਆਖਿਰ ਸਕੀਮ ਕੀ ਹੈ ਇਹਨਾਂ ਦੀ?